डेरा सचखंड बल्ला संसार भर विच प्रसिद्ध है, जो सतगुरु रविदास जी महाराज जी की विचारधारा नूं मुख रख के चल रहा है, जिस दी शुरुआत सतगुरु स्वामी सरवनदास महाराज ने की, जो कि गिलपति बठिंडा तो सतगुरु बाबा पिपल दास जी नाल छोटी उम्र विच पिंड बल्ला विच आए, जिन्हां ने पहला पिंड बल्ला विच बने मंदिर विखे अपना वास किया, बाद च पिंड बल्ला दे नहर किनारे तप करके तप स्थान सतगुरु स्वामी सरवनदास जी की स्थापना की, जो सचखंड बल्ला के नाम नाल प्रसिद्ध है। सतगुरु स्वामी सरवनदास जी महाराज द्वारा जगत गुरु रविदास महाराज जी के जन्म स्थान की खोज करके संगतां नूं तीर्थ स्थान बख्शिश किया। डेरा सचखंड बल्ला के महापुरशां द्वारा वख-वख समय देशां ते विदेशां च गुरु रविदास जी के नाम से गुरु घरां की स्थापना की गई है। डेरा सचखंड बल्ला के ट्रस्ट द्वारा चलाए जा रहे गुरु रविदास जी नाम लेवा मंदिर, जिथे अक्सर सतगुरु निरंजन दास महाराज जी जाया करते हैं, जिन्हां विच गुरु रविदास धर्म स्थान सिरसगढ़ हरियाणा, डेरा बाबा पिपल दास जी गिलपति बठिंडा, श्री गुरु रविदास मंदिर कातरज पुणे महाराष्ट्र, अमरशीष संत रामानंद जी कुटिया नकोदर आदि सतगुरु निरंजन दास जी की देख रेख हेठ चलाए जा रहे हैं। सो इन्हां ही तीर्थ स्थानों विचों अज असीं तुहानूं श्री गुरु रविदास धर्म स्थान सिरसगढ़ हरियाणा के दर्शन दीदार करवाउण जा रहे हैं। गुरु प्यारी साध संगत जी, जय गुरुदेव, धन गुरुदेव सारिआं नूं। अज असीं डेरा सचखंड बल्ला तो श्री गुरु रविदास आश्रम सिरसगढ़, जिहदा कि कलों 31 जुलाई मुताबिक स्थापना दिवस है, उत्थे जा रहे हैं। तुहानूं समूह संगत नूं उसके दर्शन भी करावांगे और उसके इतिहास बारे भी दसांगे, और तुहानूं रस्ते च जो जाते हुए ऑन रोड तुहानूं कुछ दिखावांगे, जाते हुए रस्ते च व्यू दिखावांगे, अच्छे अच्छे व्यू भी दिखावांगे। और इतों साढ़िया दो गड्डियां जा रही हैं, जिद कि साडा हैगा मीडिया का समान है, असं मीडिया के तौर पर जा रहे हैं उत्तर सेवा लिए, बाकी हम सारे तुम युद्ध होने जाते जाते आओ चलिए जी। जय गुरुदेव, धन गुरुदेव।
ਜਿੱਦਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਬਾਰਿਸ਼ ਹੋ ਰਹੀ ਆ, ਬਹੁਤ ਹੀ ਵਧੀਆ ਮੌਸਮ ਹੋ ਗਿਆ ਆ। ਔਰ ਜਾਂਦੇ ਜਾਂਦੇ ਹੀ ਤੁਹਾਨੂੰ ਸ਼੍ਰੀ ਗੁਰੂ ਰਵਿਦਾਸ ਧਰਮ ਸਥਾਨ ਸਿਰਸਗੜ੍ਹ ਵਾਸਤੇ ਜੋ ਵੀ ਸਾਨੂੰ ਪਤਾ ਹੈਗਾ, ਜਿੰਨਾ ਕੁ ਸਾਨੂੰ ਅਸੀਂ ਜਾਣਕਾਰੀ ਹੈ ਇਤਿਹਾਸ ਦੀ, ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਚੱਲਦੇ ਚੱਲਦੇ ਤੁਹਾਨੂੰ ਵੀਡੀਓ 'ਚ ਵੀ ਦੱਸਦੇ ਜਾਵਾਂਗੇ ਅਸੀਂ, ਜਿੱਦਾਂ ਜਿੱਦਾਂ ਵੀ ਅਸੀਂ ਅੱਗੇ ਵੱਧ ਰਹੇ ਹਾਂ ਆਪਣੀ ਮੰਜ਼ਿਲ ਵੱਲ। ਔਰ ਮਹਾਰਾਜ ਦੀ ਕਿਰਪਾ ਨਾਲ ਦੇਖੋ ਮੌਸਮ ਇੰਨਾ ਸੋਹਣਾ ਹੋ ਗਿਆ, ਗਰਮੀ ਸੀਗੀ, ਮਹਾਰਾਜ ਨੇ ਠੰਡ ਕਰਤੀ ਹੈ। ਹੁਣ ਇੱਕ ਸਾਡੀ ਦੂਸਰੀ ਗੱਡੀ ਵੀ ਅੱਗੇ ਜਾ ਰਹੀ ਹੈ, ਉਹਦੇ ਵਿੱਚ ਵੀ ਸਾਡੀ ਟੀਮ ਦੇ ਮੈਂਬਰ ਨੇ ਕੁਛ। ਆਹ ਦੇਖੋ ਤੁਸੀਂ ਕਿੰਨਾ ਸੋਹਣਾ ਮੌਸਮ ਹੋ ਗਿਆ, ਜਿੱਦਾਂ ਕਿ ਹੁਣ ਦੇਖੋ ਮਹਾਰਾਜ ਦੀ ਕਿਰਪਾ ਨਾਲ ਕਿੰਨਾ ਸੋਹਣਾ ਮੌਸਮ ਹੋ ਗਿਆ। ਗਰਮੀ ਸੀਗੀ, ਠੰਡ ਹੋ ਗਈ ਆ, ਵਿੱਚੇ ਹੀ ਬਾਰਿਸ਼ ਹੋ ਜਾਂਦੀ ਹੈ, ਵਿੱਚੇ ਹੀ ਬਾਰਿਸ਼ ਛੱਡ ਜਾਂਦੀ ਆ। ਕਿੰਨਾ ਸੋਹਣਾ ਮੌਸਮ ਦਾ ਆਨੰਦ ਆ ਰਿਹਾ ਬਹੁਤ ਜ਼ਿਆਦਾ। ਇਹ ਸਫ਼ਰ ਨੂੰ ਹੋਰ ਵੀ ਮਤਲਬ ਕਿ ਚਾਰ ਚੰਨ ਲੱਗ ਗਏ ਕਹਿੰਦੇ ਮਹਾਰਾਜ ਨੇ। ਜੋ ਸਿਰਸਗੜ੍ਹ ਸ਼੍ਰੀ ਗੁਰੂ ਰਵਿਦਾਸ ਧਰਮ ਸਥਾਨ ਆ, ਉਹਦਾ ਜਿੰਨਾ ਕੁ ਸਾਨੂੰ ਨੌਲੇਜ ਆ, ਜਿੰਨਾ ਕੁ ਸਾਨੂੰ ਪਤਾ ਆ, ਉਨਾ ਕੁ ਇਤਿਹਾਸ ਦੱਸਣ ਬਾਰੇ ਵੀ ਇਤਿਹਾਸ ਵੀ ਤੁਹਾਨੂੰ ਅਸੀਂ ਦੱਸਾਂਗੇ। ਚਲਦੀ ਚਲਦੀ ਵੀਡੀਓ 'ਚ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਰੋਡ ਵੀ ਦਿਖਾਇਆ ਜਾਵੇ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਜਿਹਨਾਂ ਲੋਕਾਂ ਨੇ ਆਉਣਾ ਆ, ਜਿਹਨਾਂ ਸੰਗਤਾਂ ਨੇ ਆਉਣਾ ਆ, ਉਹ ਰੋਡ ਵੀ ਚੰਗੀ ਤਰ੍ਹਾਂ ਉਹਨਾਂ ਨੂੰ ਪਤਾ ਹੋਵੇ। ਆਹ ਦੇਖੋ ਜੀ ਮੌਸਮ ਦੇ ਰੰਗ, ਕਿਆ ਬਾਤਾਂ ਨੇ। ਮੈਂ ਉਮੀਦ ਕਰ ਰਿਹਾ ਕਿ ਜਿਹੜੇ ਵੀ ਸੇਵਕ, ਜਿਹੜੇ ਵੀ ਗੁਰੂ ਮਹਾਰਾਜ ਨੂੰ ਚਾਹੁਣ ਵਾਲੇ ਇਹ ਵੀਡੀਓ ਦੇਖਦੇ ਹੋਣਗੇ, ਉਹ ਇਸ ਮੌਸਮ ਦਾ ਆਨੰਦ ਲੈਣਾ ਜ਼ਰੂਰ ਚਾਹੁੰਦੇ ਹੋਣਗੇ, ਇਸ ਮੌਸਮ ਨੂੰ ਜ਼ਰੂਰ ਮਿਸ ਕਰਦੇ ਹੋਣਗੇ ਕਿ ਇੱਦਾਂ ਦੇ ਮੌਸਮ 'ਚ ਮਹਾਰਾਜ ਦੇ ਦਰਬਾਰ 'ਤੇ ਜਾਇਆ ਜਾਵੇ, ਮਹਾਰਾਜ ਦੇ ਦਰਸ਼ਨ ਕੀਤੇ ਜਾਣ। ਗੁਰਦੇਵ ਧੰਨ ਗੁਰਦੇਵ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਸਿਰਸਗੜ੍ਹ ਵਿਖੇ, ਸਿਰਸਗੜ੍ਹ ਅਸਥਾਨ ਦਾ ਜੋ 19ਵਾਂ ਸਥਾਪਨਾ ਦਿਵਸ ਮਹਾਰਾਜ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਸਰਪ੍ਰਸਤੀ ਹੇਠ 31 ਜੁਲਾਈ ਨੂੰ ਹੋਣ ਜਾ ਰਿਹਾ ਹੈ, ਅਸੀਂ ਸਾਰੇ ਡੇਰਾ ਸੱਚਖੰਡ ਪੱਲਾਂ ਤੋਂ ਮਹਾਰਾਜ ਜੀ ਦੀ ਆਗਿਆ ਲੈ ਕੇ ਅਸੀਂ ਉੱਥੋਂ ਚੱਲੇ ਹਾਂ। ਹੁਣ ਸ਼ਾਮ ਦੇ 6:30 ਹੋਏ ਨੇ ਅਤੇ ਅਸੀਂ ਅੰਬਾਲੇ ਤੋਂ ਜਗਾਦਰੀ ਰੋਡ 'ਤੇ ਜਾ ਰਹੇ ਹਾਂ। ਬਸ ਕੁਝ ਹੀ ਪਲਾਂ ਵਿੱਚ ਆਪਾਂ ਸਿਰਸਗੜ੍ਹ ਵਿਖੇ ਗੁਰੂ ਜੀ ਦੇ ਅਸਥਾਨ ਦੇ ਉੱਤੇ ਪਹੁੰਚਣ ਵਾਲੇ ਹਾਂ। ਸੋ ਆਓ ਮੈਂ ਤੁਹਾਨੂੰ ਦੱਸਦਾ ਹਾਂ, ਇਹ ਜੋ ਅਸਥਾਨ ਹੈ ਮਹਾਰਾਜ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਔਰ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਰਾਜ ਬਹੁਤ ਵਾਰ ਇੱਧਰ ਹਰਿਆਣੇ ਵਿੱਚ ਪ੍ਰੋਗਰਾਮ ਕਰਕੇ ਗਏ, ਸੰਗਤਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਬਹੁਤ ਪ੍ਰੋਗਰਾਮ ਕੀਤੇ ਅਤੇ ਮਹਾਰਾਜ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਿ ਇੱਥੇ ਵੀ ਇੱਕ ਅਸਥਾਨ ਬਣਾ ਦਿਓ ਕਿ ਸੰਗਤਾਂ ਇੱਥੇ ਵੀ ਨਮਸਕਾਰ ਕਰਨ, ਆ ਕੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਰਵਣ ਕਰਨ। ਸੋ ਮਹਾਰਾਜ ਜੀ ਨੇ ਉਹ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਉੱਥੇ ਦੇ ਸੇਠ ਸ਼੍ਰੀ ਗੁਰਬਖਸ਼ ਸਿੰਘ ਰਿਟਾਇਰ IFS ਅਤੇ ਬੀਬੀ ਰਾਜ ਰਾਣੀ, ਉਹਨਾਂ ਦੀ ਜਗ੍ਹਾ ਸੀਗੀ ਕੋਈ 4 ਏਕੜ 17 ਮਰਲੇ ਉਹਨਾਂ ਦੀ ਜਗ੍ਹਾ ਸੀ। ਉਹ ਕਹਿੰਦੇ ਸੀ ਅਸੀਂ ਇਹ ਜਗ੍ਹਾ ਦਾਨ ਕਰਨੀ ਆ, ਅਤੇ ਮਹਾਰਾਜ ਜੀ ਦਾ ਇੱਕ ਸੇਵਾਦਾਰ ਸੀ, ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਉਹ ਕਹਿੰਦੇ ਕਿ ਚਲੋ ਆਪਾਂ ਡੇਰਾ ਸੱਚਖੰਡ ਪੱਲਾਂ ਚੱਲਦੇ ਹਾਂ,
कि आप महाराज जी जो तुम दान ही देनी है तो आप महाराज जी दें साढ़े समाज के वास्ते काम आऊगी। तो जो महाराज जी ने भेंट की उन्होंने महाराज जी मिले तो महाराज जी कहते कोई गल नहीं। उन्होंने एक महाराज जी बेनती भी की कहते महाराज जी असं उत्थे बोर करते हैं तो बोर जो भी करते हैं तो पानी नहीं आता। तो महाराज स्वामी रंजन दास जी महाराज कह अपनी मौत च बैठे कहते कोई गल नहीं कहते जो हूँ आप जावे तो आप उ जगह देखा तो नाले जो बोर करना आप चलोंगे उ महाराज जो उ गए तो उ महाराज जी ने जगह दसी कहते महाराज कहते कि इतने बोर करो। वो फिर जो बोर किया उ पानी इन्ना आया कि बहुत खुश होए गुरबख्श सिंह जी लागे उन्हों का पिंड धीणा उत्थे बहुत ही खुश हुए तो उस उन्होंने महाराज जी ने यह जो जगह ये दान की। तो महाराज स्वामी निरंजन दास महाराज जी ने अपने कर कमलों नाल 2004 दे विच इस अस्थान का नींह पत्थर रखिया तो हुण तक 40x114 फुट दियां दो मंजिलों की उसारी हो चुकी है। मंदिर विखे 100x80 फुट का वड्डा हाल वह भी उस बन गया है उसारी अधीन है। सो संगत की सहूलत वास्ते महाराज जी ने भंडारे बनाने वास्ते सारा कुछ अरेंजमेंट महाराज जी ने किया हुआ है। सो आओ गुरु प्यारी साध संगत जी आप हुण कुछ ही मिनटां दे विच उस अस्थान पर पुजन वाले हैं तो आप उस अस्थान के आप भी दर्शन करांगे तो आप संगतां नूं भी दर्शन करावांगे। जय गुरुदेव धन गुरुदेव। बेसारो मैं जन तेरा मोहे ना बेसारो मैं जन तेरा राम गुसैया राम गुसैया राम गुसैया राम गुसैया जी के जीवना मोहे न बेसारो मैं जन तेरा मोहे न बेसारो मेरी संगत पोच सोच दिन राती पोच सोच दिन राती मेरी संगत पोच सोच दिन राती मेरी संगत पोच सोच दिन राती मेरा कर्म कुटिल दा जन्म कुंभाती मेरा
कर्म कुटिलता जन्म गुबाती। मेरा कर्म कुटिलता, मेरा कर्म कुटिलता, मेरा कर्म कुटिलता, कर्म कुटिलता जन्म कुंभाती। मोहे न बेसारो मैं जन तेरा, मोहे न बेसारो राम गुसैया, राम गुसैया, राम गुसैया, राम गुसैया, जी के जीवना मोहे न बेसारो मैं जन तेरा, मिल गया अपने परिवार।